ਜੀ ਕਿਸਾਨ ਵੀਰੋ ਐਗਰੀ ਇਨਫੋ ਤੇ ਤੁਹਾਡਾ ਵੈਲਕਮ ਅੱਜ ਤੁਹਾਨੂੰ ਇੱਕੋ ਦਿਨ ਰਾਏ ਦੀਆਂ ਫਸਲ ਬੀਜੀ ਗਈ ਦੇ ਤੁਹਾਨੂੰ ਦੋਨਾਂ ਦਾ ਕੰਪੈਰੀਜ਼ਨ ਔਰ ਦੋਨਾਂ ਦੀ ਜਿਹੜੀ ਜ਼ਮੀਨ ਦੀ ਸਾਖਤਾ ਉਹਦੇ ਬਾਰੇ ਤੁਹਾਨੂੰ ਦੱਸਣਾ ਐ ਤੁਹਾਡੇ ਸਾਹਮਣੇ ਜਿਹੜੀ ਫਸਲ ਰਾਏ ਦੀ ਖੜੀ ਆ 2 ਏਕੜ ਇਹ ਵੀ ਅਸੀਂ ਇੱਕੋ ਦਿਨ ਲਗਾਈ ਸੀ ਔਰ ਦੂਸਰੀ ਤਰਫ ਜਿਹੜੀ ਰਾਏ ਦੀ ਫਸਲ ਖੜੀ ਆ ਤਕਰੀਬਨ ਇਹ ਵੀ 1 ਏਕੜ ਆ ਇਹ ਵੀ ਇੱਕੋ ਦਿਨ ਲਗਾਈ ਸੀ ਲੇਕਿਨ ਇਹਦਾ ਫਰਕ ਕੀ ਆ ਐਸ ਰਾਏ ਨੂੰ ਅਸੀਂ ਤਕਰੀਬਨ ਇੱਕ ਮਹੀਨੇ ਤੋਂ ਬਾਅਦ ਪਾਣੀ ਦੇ ਦਿੱਤਾ ਇੱਕ ਬੋਰੀ ਡੀਏਪੀ ਬਜਾਈ ਦੇ ਵਕਤ ਉਹ ਵੀ ਰੌਣੀ ਕਰਨ ਲੱਗੇ ਆ ਪਾਈ ਅਸੀਂ ਔਰ ਉਸ ਤੋਂ ਬਾਅਦ ਇੱਕ ਪਾਣੀ ਲਗਾਇਆ ਤਕਰੀਬਨ ਔਰ ਇਹਦਾ ਕੱਦ 4 ਤੋਂ 5 ਫੁੱਟ ਮੈਕਸ ਮੇਬੀ ਇਤੋਂ ਵੀ ਜ਼ਿਆਦਾ ਹੋ ਗਿਆ ਔਰ ਇਹਦੀ ਫਲੀ ਔਰ ਫਲੀ ਦੀ ਭਰਾਈ ਸ਼ਾਨਦਾਰ ਜਾ ਰਹੀ ਹੈ ਇੱਕ ਪਾਣੀ ਅਸੀਂ ਇਹਨੂੰ ਹੋਰ ਲਗਾਣਾ ਉਹ ਵੀ ਗਿੱਲੀ ਵੱਤ ਦੇ ਵਿੱਚ ਲਗਾਣਾ ਕਿਉਂਕਿ ਅਗਰ ਇਹਦੀ ਵੱਤ ਸੁੱਕ ਗਈ ਤੇ ਇਹਦਾ ਡਿਗਣ ਦਾ ਖਦਸ਼ਾ ਜ਼ਿਆਦਾ ਔਰ ਪੈਦਾਵਾਰ ਤੇ ਵੀ ਅਸਰ ਪੈਣਾ ਕੁਝ ਕਿਸਾਨ ਭਰਾ ਇੱਕ ਪਾਣੀ ਲਗਾਉਂਦੇ ਆ ਕੋਈ ਲਗਾਉਂਦਾ ਹੀ ਨਹੀਂ ਹੈ ਅਗਰ ਜਿਹੜੇ ਨਹੀਂ ਲਗਾਉਂਦੇ ਅਗਰ بارش ਹੋ ਜਾਂਦੀ ਆ بارش ਹੋਣ ਦੀ ਵਜ੍ਹਾ ਜ਼ਮੀਨ ਗਿੱਲੀ ਹੋ ਕੇ ਨਰਮ ਹੋ ਕੇ ਤੁਹਾਡਾ ਰਾਇਆ ਗਿਰ ਜਾਂਦਾ ਪੈਦਾਵਾਰ ਤੁਸੀਂ ਪੂਰੀ ਨਹੀਂ ਲੈ ਸਕਦੇ ਨੁਕਸਾਨ ਹੋ ਜਾਂਦਾ ਔਰ ਦੂਸਰੀ ਤਰਫ ਤੁਹਾਨੂੰ ਰਾਇਆ ਜਿਹੜਾ ਉਸੇ ਦਿਨ ਬੀਜਿਆ ਬਿਲਕੁਲ ਉਹੀ ਬੀਜਾ ਲੇਕਿਨ ਪਾਣੀ ਅਸੀਂ ਤਕਰੀਬਨ 2 ਮਹੀਨੇ ਤੋਂ ਬਾਅਦ ਲਗਾਇਆ ਔਰ ਇਹਦਾ ਕਦ ਔਰ ਜਿਹੜਾ ਅਸੀਂ ਇੱਕ ਮਹੀਨੇ ਤੋਂ ਬਾਅਦ ਪਾਣੀ ਲਗਾਤਾ ਉਹਦਾ ਕਦ ਉਹਦਾ ਉਹਦੀ ਫਲੀ ਉਹਦੇ ਫਲਾਵਰਿੰਗ ਦਾ ਸਾਈਜ਼ ਔਰ ਫਲਾਵਰਿੰਗ ਰੇਸ਼ੋ ਜ਼ਮੀਨ ਅਸਮਾਨ ਦਾ ਫਰਕ ਆ ਇਹੀ ਵਜ੍ਹਾ ਸਿਆਣੇ ਬੰਦੇ ਕਹਿੰਦੇ ਆ ਕੰਮ ਉਹੀ ਜਿਹੜਾ ਟਾਈਮ ਨਾਲ ਕੀਤਾ ਹੋਵੇ ਲੇਕਿਨ ਇਹ ਵੀ ਸਾਡਾ ਤਜਰਬਾ ਅੱਗੇ ਤੋਂ ਹਰ ਫਸਲ ਦੇ ਮੁਤਲਕ ਬਜ਼ੁਰਗ ਦਾਸ ਜੀ ਆ ਵੀ ਟਾਈਮ ਨਾ ਕੀਤੀ ਜਾਵੇ ਉਹੀ ਫਲ ਦਿੰਦੀ ਆ ਉਹੀ ਪੈਦਾਵਾਰ ਦਿੰਦੀ ਆ ਉਹੀ ਪੈਸਾ ਦਿੰਦੀ ਆ ਔਰ ਇਸ ਵੀਡੀਓ ਦਾ ਮਕਸਦ ਵੀ ਇਹੀ ਆ ਵੀ ਕੁਝ ਕਿਸਾਨ ਦੋਸਤ ਕਹਿੰਦੇ ਆ ਰਾਏ ਦੀ ਫਸਲ ਨੂੰ ਪਾਣੀ ਦੀ ਲੋੜ ਨਹੀਂ ਅੱਜ 27 ਤਰੀਕ ਹੋ ਗਈ ਹੈ 11ਵੇਂ ਮਹੀਨੇ ਦੀ ਔਰ ਸੂਰਜ ਦਾ ਟੈਂਪਰੇਚਰ ਆ ਉਹ 30 ਤੋਂ ਉੱਤੇ ਜਾ ਰਿਹਾ ਜਿਹਦੀ ਵਜ੍ਹਾ ਨਾਲ ਛੇਤੀ ਤੋਂ ਛੇਤੀ ਕਣਕਾਂ ਨੂੰ ਰਾਏ ਨੂੰ ਪਾਣੀ ਦੀ ਜ਼ਰੂਰਤ ਹੈ ਔਰ ਇਹਨੂੰ ਪਾਣੀ ਲੇਟ ਹੋਣ ਦੀ ਵਜ੍ਹਾ ਨਾਲ ਜ਼ਮੀਨ ਵਿੱਚ ਬੱਤਰ ਕਾਫੀ ਆ 10 ਦਿਨ ਹੋ ਗਏ ਪਾਣੀ ਲੱਗੇ ਨੂੰ ਲੇਕਿਨ ਇਹਦੀ ਜਿਹੜੀ ਫਲਾਵਰਿੰਗ ਆ ਹੁਣ ਸਟਾਰਟ ਹੋਈ ਆ ਦੂਸਰਾ ਜਿਹੜਾ ਤੁਹਾਡੇ ਸਾਹਮਣੇ ਰੱਖੜਾ ਇਹਦੀ ਫਲਾਵਿੰਗ ਤਕਰੀਬਨ ਤਕਰੀਬਨ 60% ਮੁਕੰਮਲ ਹੋ ਚੁੱਕੀ ਆ 40% ਰਹਿਂਦੀ ਆ ਉਹ ਵੀ ਬਾਅਦਵੇਂ ਮਹੀਨੇ ਦੇ ਆਖਰੀ ਹਫਤੇ ਤੱਕ ਇਹਨੇ ਮੁਕੰਮਲ ਕਰਕੇ ਆਪਣੀ ਫਲੀ ਦੀ ਭਰਾਈ ਔਰ ਦਾਣੇ ਦੀ ਭਰਾਈ ਉਹਦੇ ਵੱਲ ਤਵਜੂਹ ਮੁਕੰਮਲ ਲੈ ਜਾਣੀ ਆ اور دو ਪਾਣੀਆਂ ਇਨਸ਼ਾਅੱਲਾ ਇਹ ਸਾਡਾ ਰਾਇਆ ਤਿਆਰ ਹੋ ਜਾਣਾ اور ਤੀਸਰੇ ਨੰਬਰ ਤੇ ਅਸੀਂ 2 ਏਕੜ ਵਟਾਂ ਤੇ ਖੁਸ਼ਕ ਛੱਟਾ ਮਾਰ ਕੇ ਵਟਾਂ ਕੱਢਤੀਆਂ ਇੱਕ ਬੋਰੀ ਡੀਏਪੀ ਸਿਰਫ ਉਹਨੂੰ ਵੀ ਅਸੀਂ ਦੋ ਪਾਣੀ ਲਗਾ ਦਿੱਤੇ ਵਟਾਂ ਵਾਲਾ ਪਾਣੀ ਜ਼ਿਆਦਾ ਮੰਗਦਾ ਰਾਇ ਕਿਉਂਕਿ ਹਾਲਾਤ ਕੁਛ ਇਹ ਜਿਹੇ ਆ ਕਿ ਅਗਰ ਅਗਰ ਪਾਣੀ ਨਹੀਂ ਲਗਾਉਂਦੇ ਪੈਦਾਵਾਰ ਤੇ ਮੰਨਫੀ ਅਸਰ ਜ਼ਰੂਰ ਪੈਣਾ ਟੈਂਪਰੇਚਰ ਜ਼ਿਆਦਾ ਇਸ ਸਾਲ ਪਿਛਲੇ ਸਾਲ ਦੀ ਨਿਸ਼ਬਤ ਔਰ ਵੀ ਅਸੀਂ ਮਾਰਕੀਟ ਤੋਂ ਨਹੀਂ ਖਰੀਦੇ ਆਪਣੇ ਘਰ ਦਾ ਤਿਆਰ ਕੀਤਾ ਸੇਮ ਪਿਛਲੇ ਸਾਲ ਵੀ ਸਾਡਾ 29 ਮਣ 30 ਮਣ فی ਏਕੜ ਆਈ ਉਸ ਔਰ ਐਸ ਵਾਰ ਉਹੀ ਵੀ ਅਸੀਂ ਦੁਬਾਰਾ ਅਸੀਂ ਕਾਸ਼ ਕਰ ਦਿੱਤਾ ਤੁਹਾਡੇ ਸਾਹਮਣੇ ਫਾਲੀ ਦਾ ਸਾਈਜ਼ ਬਿਲਕੁਲ ਸ਼ਾਨਦਾਰ ਕੋਈ ਕਿਸੇ ਪਾਸਿਓਂ ਕਿਸੇ ਵੀ ਕਿਸਮ ਦਾ ਕਿਸੇ ਨੂੰ ਅਗਰ ਕੋ ਸਿਆਣਾ ਬੰਦਾ ਦੇਖੇ ਜ਼ਿੰਮੇਦਾਰ ਭਰਾ ਦੇਖਣ ਕਿਸੇ ਵੀ ਕਿਸਮ ਦਾ ਇਹ ਵਿੱਚ ਉਹ ਨਹੀਂ ਹੈ ਕਿ ਅਗਰ ਵੀ ਹਲਕਾ ਜਾਂ ਪੌ ਪੌ ਦੇ ਦਾਸ ਕਦ ਛੋਟਾ ਆਇਤਾ ਤਕਰੀਬਨ ਤਕਰੀਬਨ 5 ਫੁੱਟ ਕਦ ਹੋ ਚੁੱਕਿਆ ਔਰ ਮਜ਼ੀਦ ਮੇਬੀ 2 ਫੁੱਟ 2.5 ਫੁੱਟ 3 ਫੁੱਟ ਕਦ ਵੀ ਹੋਰ ਹੋ ਸਕਦਾ ਜਿਹਦੀ ਵਾਹਣਾ ਉਹ ਤੁਹਾਡੀ ਸਾਡੀ ਪੈਦਾਵਾਰ ਤੇ ਅਸਰ ਪਾਏਗਾ ਕਿਉਂਕਿ ਫਲੀ ਜ਼ਿਆਦਾ ਦਾਣੇ ਜ਼ਿਆਦਾ ਪੈਦਾਵਾਰ ਜ਼ਿਆਦਾ ਸੋ ਅੱਜ ਦੀ ਵੀਡੀਓ ਦਾ ਮਕਸਦ ਇਹੀ ਆ ਕਿ ਕੰਮ ਹੋਈ ਜਾਂ ਟਾਈਮ ਨਾ ਕੀਤਾ ਜਾਵੇ ਤੁਹਾਡੇ ਸਾਹਮਣੇ ਇਹ ਰਾਇਆ ਇੱਕੋ ਦਿਨ ਦੀ ਕਾਸ਼ ਸੇਮ ਜ਼ਮੀਨ ਸੇਮ ਕਿਾਰੇ ਸੇਮ ਖਾਦ ਸਿਰਫ ਕੀ ਆ ਪਾਣੀ ਜਿਹੜਾ ਉਹ ਥੋੜੇ ਦਿਨ ਲੇਟ ਹੋਇਆ ਜੀ ਦੀ ਵਜ੍ਹਾ ਨਾਲ ਇਹ ਰਾਇਆ ਇੱਕ ਮਹੀਨਾ ਦੂਸਰੇ ਰਾਇ ਤੋਂ ਪਿੱਛੇ ਚਲਾ ਗਿਆ ਤੋਂਕਰਨ ਤੋਂ ਕਿਸਾਨ ਭਰਾਓ ਅਗਰ ਜ਼ਿੰਮੇਦਾਰ ਜੋ ਪੈਸਾ ਕਮਾਉਣਾ ਚਾਹੁੰਦੇ ਆ ਬਿਲਕੁਲ ਟੂ ਦੀ ਪੁਆਇੰਟ ਔਰ ਟਾਈਮ ਦੇ ਨਾਲ ਕੰਮ ਕਰਕੇ ਆਪਾਂ ਮੁਕੰਮਲ ਪੈਸਾ ਕਮਾ ਸਕਦੇ ਆ ਔਰ ਇਸ ਦਫਾ ਰਾਏ ਦਾ ਰੇਟ ਪਿਛਲੇ ਸਾਲ ਦੀ ਨਿਸ਼ਬਤ ਤਕਰੀਬਤ ਤਕਰੀਬਨ 2000 ਦਾ ਫਰਕ ਰਹੇਗਾ ਪਿਛਲੇ ਸਾਲ 99500 ਦੀ ਵਿਕਿਆਇਤ ਕੀ 5000 6000 ਦਾ ਵਿਕਣਾ ਸੋ ਇਹਦਾ ਧਿਆਨ ਰੱਖਦੇ ਹੋਇਆ ਛੇਤੀ ਤੇ ਛੇਤੀ ਇਹਦੀ ਹਾਰਵੈਸਟਿੰਗ ਜਿਹੜੀ ਜਦੋਂ ਪੱਕ ਜਾਵੇ ਹਾਰਵੈਸਟਿੰਗ ਕਰਕੇ ਜਾਂ ਤਾਂ ਸਟੋਰ ਕਰਦਾ ਜਾਵੇ ਜਾਂ ਮناسب ਕੀਮਤ ਦੇ ਕੇ ਇਹਨੂੰ ਸੇਲ ਕਰਦਾ ਜਾਵੇ ਕਿਉਂਕਿ ਆਪਣੇ ਪਾਕਿਸਤਾਨ ਦੇ ਵਿੱਚ ਮੋਨੋਪੋਲੀਆ ਬਹੁਤ ਆ ਬਹੁਤ ਕਾਰਟਲ ਬੈਠੇ ਆ ਜਿਨ੍ਹਾਂ ਨੇ ਕਿਸਾਨਾਂ ਨੂੰ ਥੱਲੇ ਲਾਉਣਾ ਇਸ ਕਰਕੇ ਹਰ ਸ਼ਾਇਦ ਆ ਧਿਆਨ ਰੱਖਦੇ ਹੋਣਾ ਆਪਾਂ ਨੂੰ ਆਪਣਾ ਕੰਮ ਕਰਨਾ ਪੈਣਾ ਸੋ ਵੀਡੀਓ ਦੇਖਣ ਦਾ ਸ਼ੁਕਰੀਆ ਬਹੁਤ ਮਿਹਰਬਾਨੀ ਥੈਂਕ ਯੂ